ਸਾਡਾ ਜੀ ਦਵਰਾ ਬਣਾਓ, ਗਾਹਕ ਮੇਰੀ ਜਾਨ ਨੂੰ ਰੋਣ ਡਏ ਆ। ਹਾਂਜੀ, ਉਹ ਗਾਹਕ ਮੇਰੀ ਜਾਨ ਨੂੰ ਰੋਣ ਡਏ ਸਾਡਾ ਜੀ। ਤੇਰੇ ਚ ਜਾਨ ਹੈ ਕਿਹੜੀ ਆ ਜਿਹੜੀ ਉਹ ਤੈਨੂੰ ਰੋਣ ਡਏ ਆ? ਓਏ ਆਪਣਾ ਕੰਮ ਕਰ, ਜਾਨ ਹੈ ਕਿਹੜੀ ਆ, ਕੰਮ ਕਰ ਦਵਾਂ ਡਏ ਆ। ਥੋੜੀ ਅੱਗ ਘੱਟ ਕਰ ਪੁੱਤ, ਘੱਟ ਗੱਲਾਂ ਜੀ ਤੂੰ ਬਹੁਤ ਲਾਉਣਾ, ਓਦਾਂ ਕਹਿੰਦਾ ਅੱਗ ਘੱਟ ਕਰ। ਹੈ ਅੱਛਾ, ਮੈਨੂੰ ਇਹ ਉਸਤਾਦ ਮੈਂ ਆ ਕਿ ਤੂੰ ਆ ਤੁਸੀਂ, ਲੇਕਿਨ ਹੱਥ ਵੀ ਹਿਲਾਈ ਜਾਵੋ। ਗਾਹਕ ਜਾਨ ਨੂੰ ਰੋਣ ਡਏ ਉਸਤਾਦ ਜੀ, ਗਾਹਕ ਸਿਰ ਦੇ ਉੱਤੇ ਚੜੇ ਪਏ ਆ। ਮਾਲਕ ਨੇ ਗੱਲਾਂ ਕਰਦਾ ਭਾਈ ਸਾਹਿਬ, ਕਹਿੰਦਾ ਤੁਸੀਂ ਕੰਮ ਨੀ ਕਰਦੇ। ਭਾਈ ਜਾਨ ਆਇਆ ਇੱਕ ਮਿੰਟ, ਜਾ ਮਰ ਜਾ ਕਿਤੇ ਮਗਰੋਂ ਲੱਜ ਆਇਆ, ਕਿਸੇ ਦਿਨ ਆਇਆ ਕਹਿ ਕੇ ਤੇ ਵਾਪਸ ਨਾ ਆਇਆ। ਮੈਂ ਕਿਸੇ ਕੋਲ ਲੋਕਾਂ ਕੋਲੋਂ ਸੁਣਾ, ਅਜ਼ਾਨ ਚ ਸੁਣਾ ਤੇਰਾ ਨਾਂ, ਐਲਾਨ ਚ ਸੁਣਾ, ਉਹ ਨਹੀਂ ਆਇਆ। ਰੋਟੀਆਂ ਦੇ ਜਾ, ਰੋਟੀ ਦੇ ਰੋਟੀ ਜ਼ਾਹਰ ਅਸਾ ਹੀ ਕੀਮਾ ਪਾਓ ਇਹਦੇ ਚ, ਇਹਨਾਂ ਨੂੰ ਤੇ ਬਣਾਉਣਾ ਪਤਾ ਨੀ ਕਦੋਂ ਆਉਣਾ ਵਾ, ਕੀਮਾ ਪਾ ਦੇ ਵਿੱਚ ਥੋੜਾ ਜਿਹਾ। ਉਹ ਕੰਮ ਕਰ ਯਾਰ, ਰੋਟੀ ਆ ਰਹੀ, ਆ ਰਹੀ ਭਾਜੀ, ਆ ਰਹੀ ਰੋਟੀ, ਜਲਦੀ ਕਰ ਲੈ। ਸਾਰੇ ਪੈਸੇ ਲੈਣੇ ਉਹਨਾਂ ਕੋਲ, ਬਿੱਲ ਲੈਣਾ। ਆ ਭੜਕੀ ਜਦੋਂ ਆਉਂਦੀ ਆ ਫੇਰ ਲੱਗਦਾ ਪਤਾ ਕਿ ਬਈ ਪੱਕ ਰਿਹਾ, ਰਾਹਤ ਟਿੱਕਾ ਛਾਪਦੇ ਆ। ਆ ਬਣ ਰਿਹਾ ਲੰਗਰ, ਲੰਗਰ ਸਮਝ ਕੇ ਮੁੱਖ ਚ ਨਾ ਖਾਈ ਜਾਣ, ਲੇਕਿਨ ਆਪਣਾ ਹੈ ਬਈ ਉਸਤਾਦ ਪਾਜ਼ਾਹਤ ਦਾ ਇੱਕ ਕੰਮ ਹੈ। ਉਹ ਗੱਲਾਂ ਕਰੀ ਜਾਂਦੇ, ਗਾਹ ਕਹਿੰਦਾ ਕੜਾਈ ਲੈ ਆ, ਉਹ ਮੇਰੇ ਨਾਲ ਲੜਨ ਦੇ ਆ ਭਾਜੀ। ਤੂੰ ਮੇਰੇ ਨਾਲ ਬਹੁਤਾ ਲੜਨ ਦੇ ਆ, ਉਹ ਤੇ ਇੰਨਾ ਲੜਨ ਹੀ ਨਹੀਂ ਦੇ ਯਾਰ। ਉਹ ਮੈਨੂੰ ਕਹਿੰਦਾ ਅਸੀਂ ਜਾਈਏ ਫਿਰ ਉੱਠ ਕੇ, ਉਹ 2700 ਰੁਪਏ ਦੀ ਗਾਹਕ ਆ, 2700 ਦਾ ਗਾਹਕ ਆ, ਚਲਾ ਗਿਆ ਤੇ ਫਿਰ ਸਤਾਰ ਨੇ ਰੌਲਾ ਪਾਉਣਾ। ਥੋੜਾ ਜਿਹਾ ਹੌਲੀ ਬੋਲਿਆ ਕਰ, ਲੱਗਦਾ ਸੱਤਾਂ ਪੁਸ਼ਤਾਂ ਦਾ ਜ਼ੋਰ ਲੱਗਦਾ। ਆ ਲੜਾ ਤੇ ਆ ਮਰਨਾ, ਹੋ ਮੈਨਾਂ ਦੱਸ ਦੇ ਮੇਰੇ ਯਾਰ, ਤੂੰ ਗੱਲਾਂ ਕਰਦਾ ਵਾ। ਜਾਨੀ ਉਹ ਦਿਨ ਕਿੱਦਾਂ ਆਉਣਾ ਸੀਗਾ ਜਿੱਦਣ ਉਹਨਾਂ ਨੇ ਤੇਰੇ ਸਿਰ 'ਚ ਬੋਤਲ ਮਾਰਨੀ। ਉਹ ਅੱਛਾ, ਤੇਰੇ ਨਹੀਂ ਬੋਤਲ ਮਾਰਨਾ, ਮੈਂ ਕਹਿੰਦਾ ਬੋਤਲ ਕਾਹਤੋਂ ਮਾਰਨੀ, ਮੈਂ ਕਹਿੰਦਾ ਲੜਦਾ ਤੂੰ ਕੰਮ ਕਰ, ਗੱਲਾਂ ਕਰੀਏ ਵੇ, ਅੱਗ ਕਿੰਨੀ ਉਹਨਾਂ ਦੀ ਜਾਇਆ ਕਰਦਾ ਤੂੰ। ਉਹ ਤਾਂ ਮੇਰਾ ਵੀ ਦਿਲ ਕਰਦਾ ਕਿਤੇ ਤੇਰੇ ਬੋਤਲ ਵੱਜੇ, ਮੈਂ ਤੈਨੂੰ ਪੱਟੀ ਕਰਾਉਣ ਜਾਵਾਂ। ਬਸ ਤੂੰ ਤਾਂ ਸਾਲ ਲੜਦਾ ਹੀ ਰਹਿਣਾ ਵਾ, ਮੈਨੂੰ ਪਤਾ ਨਹੀਂ ਦਿਮਾਗ ਖਾਨਾ ਵਾ। ਮੇਰਾ ਬੋਤਲ ਕੰਮ ਮਿਹਨਤ ਨਾਲ ਕਰਿਆ ਕਰੋ। ਅੱਛਾ, ਗਾਹਕ ਸਿਰ ਤੇ ਚੜੇ ਹੁੰਦੇ ਆ, ਤੁਹਾਨੂੰ ਪਤਾ ਵੇਲ ਤੇ ਆਪਣੇ ਕੋਲ ਮਿੰਟ ਦਾ ਨਹੀਂ ਹੈਗਾ। ਇਹ ਕੜਾਈ ਹੁਣ ਕਦੋਂ ਬਣਨੀ ਆ ਜਨਾਬ? ਬਣ ਜਾਂਦੀ ਆ ਬਹੁਤੇ, ਜਿੰਨੀਆਂ ਤੂੰ ਗੱਲਾਂ ਕਰਨਾ, ਤੂੰ ਤਾਂ ਗੱਲਾਂ 'ਚ ਬਣਾ ਲੈਣੀ ਆ। ਗੱਲਾਂ 'ਚ ਬਣਾ ਲੈਣੀ, ਲੇਕਿਨ ਤੁਸੀਂ ਨਾ ਕੰਮ ਕਰਿਓ ਤੁਸੀਂ। ਇੱਥੇ ਕਿੰਨੇ ਹੋਟਲ ਚੱਲਦੇ ਆ? ਆਪਣਾ ਬਹੁਤਾ ਸਭ ਨਾਲ ਚੱਲਦਾ, ਜ਼ਾਹਦ ਟਿੱਕਾ ਸ਼ਾਹ ਸਭ ਨਾਲ ਜ਼ਿਆਦਾ ਚੱਲਦਾ। ਮੈਂ ਜਿੱਥੇ ਕੋਈ ਨਹੀਂ ਨਾ ਚੱਲਦਾ, ਤੂੰ ਉੱਥੇ ਜਾ ਕੇ ਕੰਮ ਕਰਿਆ ਕਰ, ਸਾਰਾ ਦਿਨ ਮੱਖੀਆਂ ਮਾਰਿਆ ਕਰ। ਚੱਲ ਮੇਰਾ ਪੁੱਤ, ਨਿਕਲ ਜਾ। ਮੱਖੀਆਂ ਮਾਰਿਆ, ਤੁਸੀਂ ਵੀ ਲਾਰੀਏ ਤੇ ਚੱਲ ਜਾਓ, ਜਿੱਥੇ ਦੋ ਦੋ ਘੰਟੇ ਬਾਅਦ ਇੱਕ ਗਾਹਕ ਆਉਂਦਾ ਸਾਨੂੰ ਕਹਿੰਦਾ ਮੱਖੀਆਂ ਮਾਰਿਆ ਕਰ। ਹੈ ਤਾਂ ਹੁਣ ਨਾ ਕਰਦੇ ਗੱਲ ਅੱਜ। ਆਹ ਤੇ ਬੰਦਾ ਲੱਗਦਾ ਹੈ ਮੈਨੂੰ ਇਹਨੇ ਹੋਟਲ ਹੀ ਖਰੀਦ ਲੈਣਾ ਸਾਡੇ ਕੋਲ, ਜਿੱਡਾ ਜਜ਼ਬਾਤੀ ਹੋਇਆ, ਮਜ਼ੇ ਆ ਗਏ ਆ। ਮੈਂ ਕਿਹਾ ਕਿਆ ਕਹਿਣਾ, ਧਨੀਏ ਦਾ ਜਦੋਂ ਛੱਟਾ ਲਾਉਣਾ ਖੁਸ਼ਬੂ ਹੀ ਗਾਹਕ ਨੂੰ ਇੱਥੇ ਲਿਆਉਂਦੀ ਸਾਨੂੰ। ਆ ਨਹੀਂ ਇੰਨੀ ਦੇਰ ਲਾਤੀ ਉਸਤਾਦ ਜੀ, ਇਹ ਆਪਣੇ ਖਾਣ ਲਈ ਬਣਾਉਣ ਡਏ, ਤੁਸੀਂ ਬੜੀ ਰੀਝ ਨਾਲ ਬਣਾ ਰਹੇ ਜੀ। ਕਹਿੰਦੇ ਅਸੀਂ ਲੋਕਾਂ ਵਾਸਤੇ ਵੀ ਇੰਜ ਬਣਾਈਦਾ, ਵਧੀਆ ਬਣਾਈਦਾ। ਘੰਟਾ ਹੋ ਗਿਆ ਵਾ, ਰੌਲਾ ਪਈ ਜਾਂਦੇ ਉਸਤਾਦ ਜੀ। ਉਹ ਕੈਸਾ ਤੇਰਾ ਗੁਲਾਮਾਬਾਦ ਦੀ ਨੁੱਕਰ ਵਰਗਾ ਮੂੰਹ ਹੈ, ਜਾਂ ਦਫਾ ਹੋ ਜਾ ਕਿਤੇ ਭਲੇ। ਜੁਗਤਾਂ ਕਰੀ ਜਾਈ, ਇਹ ਨਾ ਬਣਾਈ, ਇਹਦੀ ਸੋਹਣੀ ਸੋਹਣੀ ਬੋਟੀ ਪਾਈ ਉਸਤਾਦ ਜੀ, ਲੱਗਦਾ ਤੁਸੀਂ ਆਪ ਖਾਣੀ ਆ। ਇੰਨੀਆਂ ਖਬਰਾਂ ਆਈਆਂ ਇਹਨਾਂ ਰੋਜ਼ਿਆਂ 'ਚ ਬੰਦੇ ਮਰਨ ਦੀਆਂ, ਤੇਰੀ ਨਹੀਂ ਆਈ ਕਿਤੇ। ਤੂੰ ਤਾਂ ਮੈਨੂੰ ਮਾਰੀ ਜਾਂਦਾ ਵਾ ਯਾਰ, ਕਿਤੇ ਲੈ ਜਾ ਮਗਰੋਂ। ਪਾਣੀ ਦਾ ਗਲਾਸ ਮੈਨੂੰ ਵੀ ਪਿਆ ਦੇ। ਹੈਲੋ ਹੈਲੋ, ਤੁਸੀਂ ਪੀ ਲਓ ਪਹਿਲਾਂ, ਤੁਸੀਂ ਪੀ ਲਓ। ਹਾਂ ਮਾਸ਼ਾਅੱਲਾ, ਪੀ ਲਿਆ, ਧੋ ਲਿਆ। ਹਾਂਜੀ, ਆਪੇ ਕਿਹਾ ਮੈਨੂੰ ਥੋੜਾ ਜਿਹਾ ਪਾਣੀ ਪਿਆ ਦੇ, ਮੈਂ ਬਹੁਤਾ ਲਿਆਂਦਾ ਤਾਂ ਲੜਾਈ, ਘੱਟ ਲਿਆਂਦਾ ਤਾਂ ਲੜਾਈ। ਇੰਨਾ ਕੁ ਲੈ ਕੇ ਆ ਜਾਂਦਾ, ਮੈਂ ਨੱਕ ਤੋਂ ਡੋਬ ਕੇ ਮਰ ਤੇ ਜਾਂਦਾ। ਪਤਾ ਨੀ ਕਿਹੜੀ ਮੁਸੀਬਤ ਨੂੰ ਪੈ ਗਿਆ, ਮੈਂ ਮਾਰ ਦਿੰਦਾ, ਮੈਂ ਮਾਰ ਦਿੰਦਾ। ਪੀ ਪਾਣੀ ਤੇ ਜਾ ਕਿਤੇ, ਇਹਦਾ ਹਿਸਾਬ ਕਰਾਓ ਤੇ ਇਹਨੂੰ ਛੁੱਟੀ ਦਵਾਓ, ਤੇ ਬਲਕਿ ਇਹਨੂੰ ਇਹਦਾ ਹਿਸਾਬ ਕਰਾ ਕੇ ਨਾ ਇਹਨੂੰ ਇੱਥੇ ਲਿਆਓ, ਤੇ ਮੈਨੂੰ ਉੱਥੇ ਵੇਟਰ ਤੇ ਲੈ ਜਾਓ।
ਇਹਦਾ ਹਿਸਾਬ ਤੁਹਾਡੇ ਕੋਲ ਨੀ ਲੱਗਣਾ, ਇਹਦਾ ਹਿਸਾਬ ਮੈਂ ਹੀ ਲਾਣਾ ਕਿਤੇ, ਇਹਦੀ ਸੁਪਾਰੀ ਦੇਣੀ ਪੈਣੀ ਕਿਤੇ, ਇਹਨੂੰ ਮਰਵਾਉਣਾ ਪੈਣਾ। ਇਹੀ ਹੈ ਵੀ ਜ਼ਾਹਰ ਟਿੱਕਾ ਸ਼ਾਪ। ਅਸਲਾਮੁਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਆਪਣੇ ਕੋਲ ਕੀ ਕੀ ਹੈ ਭਾਜੀ? ਤੁਸੀਂ ਕੀ ਖਾਣਾ ਜੀ? ਸਾਡੇ ਕੋਲ ਸਾਰਾ ਕੁਛ ਹੀ ਆ। ਚਿਕਨ ਕਬਾਬ ਆ, ਚਿਕਨ ਬੋਟੀ ਆ, ਚਿਕਨ ਕੀਮਾ ਵਾ, ਛੋਟਾ ਕੀਮਾ ਵਾ, ਵੱਡਾ ਕੀਮਾ ਵਾ। ਅੱਛਾ। ਤੇ ਹੋਰ ਚਨੇ ਆ, ਰੋਟੀ ਆ, ਰੋਟੀ ਆਟੇ ਵਾਲੀ ਹੈ ਜੀ। ਆਹ ਰੋਟੀ ਆਟੇ ਵਾਲੀ, ਹੋਰ ਘਾਟੇ ਵਾਲੀ ਆ, ਵੇਖੋ ਆ ਜਿਹੜੀ ਆਹ ਰੋਟੀ। ਜਨਾਬ ਕਸਟਮਰ ਨੇ, ਤੁਸੀਂ ਕਹਿੰਦੇ ਖਾਣ ਆਏ, ਤੁਸੀਂ ਇੱਦਾਂ ਕਿ ਮੰਗਣ ਵਾਲੇ, ਤੁਸੀਂ ਉੱਥੇ ਬੁਰਕੀ ਲਾਉਣ ਲੱਗ ਪਏ। ਹਾਂ ਭਾਜੀ, ਉਹਨਾਂ ਨੇ ਬਣਾਏ ਤੇ ਮੈਂ ਕਿਹਾ ਤੂੰ ਟੇਸਟ ਵੇਖ ਲੈ ਇਹਨਾਂ ਨੂੰ, ਬਹਾਨੇ ਨਾਲ ਟੇਸਟ ਚੈੱਕ ਕਰਨਾ ਸੀ ਵੀ ਟੇਸਟ ਸਾਡਾ ਕਮਾਲ ਆ। ਤੇ ਫਿਰ ਕੀ ਆਰਡਰ ਲਾਓ, ਕੀ ਖਾਣਾ ਜੀ? ਮੈਂ ਕੜਾਈ ਬਣਾਉਣੀ ਤੇ ਕੜਾਈ ਬਣਾਉਂਦਾ ਕੌਣ? ਕੜਾਈ ਮੇਰਾ ਉਸਤਾਦ ਬਣਾਉਂਦਾ ਵਾ। ਸਹੀ ਬਣਾਉਂਦਾ? ਬਹੁਤ ਆਲਾ ਕੜਾਈ ਬਣਾਉਂਦਾ ਵਾ, ਬੜਾ ਮਜ਼ੇਦਾਰ ਕੜਾਈ ਬਣਾਉਂਦਾ ਮੇਰਾ ਉਸਤਾਦ ਆ। ਉਸਤਾਦ ਹੋ ਰਹਾ ਨਾ ਤੇ ਉਸਤਾਦ ਦੇ ਕੋਲ ਜਾ ਕੜਾਈ ਪੁੱਛੀ ਆ, ਉਸਤਾਦ ਹੋ ਰਹਾ ਕੋ ਕੜਾਈ ਤੋ ਆ ਮੇਰਾ ਉਸਤਾਦ ਆ। ਉਸਤਾਦ ਜੀ ਮੇਰੇ, ਉਸਤਾਦ ਜੀ, ਉਸਤਾਦ ਜੀ ਜਿੰਨੀ ਚਾਹੀਦੀ ਮਿਲ ਜਾਂਦੀ। ਅੱਛਾ, ਕੜਾਈ ਤੁਸੀਂ ਜਿਹੜੀ ਬਣਾਉਣੀ ਨਾ ਭਾਜੀ? ਹਾਂਜੀ ਹਾਂਜੀ। ਮੋਟੀ ਚਾਦਰ ਦੀ ਹੋਣੀ ਚਾਹੀਦੀ ਆ। ਮੋਟੀ ਚਾਦਰ ਦੀ ਹੁੰਦੀ ਭਾਜੀ, ਫੇਰ ਹੀ ਪੱਕਦਾ, ਉਂਝ ਪੱਕ ਹੀ ਨਹੀਂ ਸਕਦਾ ਸਰ। ਹਾਂ ਤੇ ਮੈਂ ਵੀ ਇਹੀ ਚਾਹੁੰਦਾ ਕਿ ਮੋਟੀ ਚਾਦਰ ਦੀ ਨਾ ਕੜਾਈ ਚੰਗੀ ਹੁੰਦੀ ਆ। ਤੂੰ ਲੱਕ ਬੰਨੀ ਹੈ ਯਾਰ, ਮੋਟੀ ਚਾਦਰ, ਤੈਨੂੰ ਕਿਹੜੀ ਟੈਨਸ਼ਨ ਆ? ਤੇ ਅੱਛਾ, ਇਹ ਤਾਂਬੇ ਦੀ ਹੁੰਦੀ ਆ ਜਾਂ ਲੋਹੇ ਦੀ ਆ, ਇਹ ਜਾਂ ਸਿਲਵਰ ਦੀ ਹੁੰਦੀ ਆ? ਤੂੰ ਯਾਰ ਕੜਾਈ ਲੈਣ ਆਇਆ ਜਾਂ ਕਾਂਟੇ ਬਣਵਾਉਣ ਆਇਆ, ਕੰਨਾਂ 'ਚ ਪਾਉਣੇ ਆ? ਪਹਿਲਾਂ ਵੀ ਇਹ ਲੋਹੇ ਦੀ ਹੁੰਦੀ ਆ ਕੜਾਈ, ਲੋਹੇ ਦੀ ਹੁੰਦੀ ਆ, ਲੋਹੇ ਦੀ ਹੁੰਦੀ ਆ। ਅੱਛਾ ਕਾਕਾ, ਤੂੰ ਮੈਨੂੰ ਤੂੰ ਰਾਇਤਾ ਪਲਾ ਦੇਣਾ ਹੈਗਾ। ਹੈਂ? ਰਾਇਤਾ ਆਇਆ ਆਪਣੇ ਕੋਲ? ਕਿੱਥੋਂ ਆਇਓ ਭਾਜੀ? ਸ਼ਾਹਕੋਟ ਤੋਂ ਅੱਗੇ ਕਿਹੜਾ ਇਲਾਕਾ? ਸ਼ਾਹਕੋਟ ਤੋਂ ਸ਼ੇਖਪੁਰ। ਹਾਂ, ਸ਼ੇਖਪੁਰ ਨੂੰ ਛੱਡਦੇ। ਹਾਂ ਛੱਡਤਾ। ਹਾਂ, ਉੱਥੋਂ ਅੱਗੇ ਜਿਹੜਾ ਇਲਾਕਾ ਹੈਗਾ ਫਰੂਕਾਬਾਦ। ਫਰੂਕਾਬਾਦ? ਹਾਂਜੀ, ਉੱਥੋਂ ਆਇਆ। ਅੱਛਾ ਅੱਛਾ, ਉੱਥੋਂ ਆਏ ਹੋ ਤੇ ਰਾਇਤਾ ਪੀਣ ਦਿਓ, ਪੈਦਲ ਆਏ ਹੋ? ਏਡਾ ਸਾਹ ਚੜ ਗਿਆ ਤੁਹਾਨੂੰ? ਰਾਇਤੇ ਦਾ ਕਿਹਾ ਯਾਰ, ਮਿਲ ਜਾਂਦਾ ਰਾਇਤਾ, ਇਹਨੂੰ ਛੱਡ ਦਈਏ, ਤੈਨੂੰ ਰਾਇਤਾ ਦੇ ਦਈਏ। ਇਹ ਕੌਣ ਆ ਪਤਾ? ਇਹ ਸਾਹ ਸਾਡੇ ਵਾਲਦ ਸਾਹਿਬ ਆ। ਹਾਂਜੀ, ਆਪ ਹੀ ਬਣ ਜਾਂਦੇ ਤੇ ਆਪ ਹੀ ਹੋ ਜਾਂਦੇ, ਵੇਟਰ ਵੀ ਹੈ ਤੇ ਸਾਡਾ ਪਿਓ ਵੀ ਹੈ। ਸ਼ਰਮ ਕਰੋ ਯਾਰ, ਤੁਸੀਂ ਪਿਓ ਨੂੰ ਕੰਮ ਤੇ ਲਾਇਆ, ਇਸ ਉਮਰੇ ਨੂੰ ਕਿਤੇ ਮੰਜੀ ਤੇ ਪਾ ਕੇ ਇਹਦੇ ਲਈ ਕੋਈ ਦੁਆ ਕਰੋ, ਕਿਤੇ ਜਾਵੇ ਕਿਤੇ। ਇਹ ਨਹੀਂ ਜਾਂਦਾ ਭਾਜੀ, ਬੜੀਆਂ ਦੁਆਵਾਂ ਕੀਤੀਆਂ ਇਹਦੇ ਵਾਸਤੇ, ਬੜੀ ਐਫਰਟ ਕੀਤੀ ਆ। ਮੈਂ ਤਾਂ ਢਾਈਆ ਵੀ ਚਲਾ ਕੇ ਵੇਖ ਲਿਆ ਜੇ ਤੇ ਉਹ ਵੀ ਨਹੀਂ ਚੱਲਦਾ। ਮੈਂ ਤੇ ਪਾਈ ਇਹਦੇ ਵਾਸਤੇ ਹਾਂਡੀ ਵੀ ਚੜਾਈ, ਇਹ ਨਹੀਂ ਕਾਲੇ ਹੀ ਲਮਾ ਲਈ, ਉਹ ਮੇਰੇ ਤੇ ਚੱਲ ਗਈ। ਏਡਾ ਬਖਤਾਂ ਵਾਲਾ ਹੈ, ਤੁਸੀਂ ਕਾਲੇ ਪੀਲੇ ਹੋ ਗਏ ਪੀਓ ਜਨਾਬ ਯਾਰ। ਜੀ ਬਹੁਤੇ ਹੋਣੇ ਮੈਨੂੰ ਲੱਗਦਾ, ਪੂਰੇ ਪਿੰਡ ਦੀ ਰੋਟੀ ਪਿੰਡ ਦੀ ਰੋਟੀ ਬਣਾਉਣੇ ਕੀ ਹੈ? ਤਿੱਕੇ ਵੀ ਹੈ ਸਾਡੇ ਕੋਲ, ਉਹਨਾਂ ਦੀ ਕੜਾਈ ਵੀ ਬਣਦੀ ਹੈ, ਛੋਟੀ ਕੜਾਈ ਬਣਦੀ, ਵੱਡੀ ਕੜਾਈ ਵੀ ਬਣਦੀ ਹੈ। ਨਹੀਂ, ਤੁਸੀਂ ਵੱਡੀ ਕੜਾਈ ਬਣਾਉਣੀ ਆ। ਅੱਛਾ ਭਾਜੀ, ਉਹ ਜਿਹੜਾ ਕੁੰਡੇ ਹੈ ਨਾ,
ਤੁਸੀਂ ਤਾਂ ਵੱਡੇ ਲਾ ਦੇਣੇ ਆ ਕੁੰਡੇ, ਮੈਂ ਕਹਿੰਦਾ 2 ਲੱਖ ਦੇ ਨਾ ਕੜਾਈ ਨੂੰ, ਤੁਸੀਂ 4 ਲਾਣੇ। ਨਹੀਂ ਨਹੀਂ ਕੁੰਡਿਆਂ ਤੋਂ ਬਗੈਰ ਹੁੰਦੀ ਭਾਜੀ, ਤੁਸੀਂ ਇਸ ਤਰ੍ਹਾਂ ਕਰਨਾ ਨਾ ਦੇਸ਼ਕਾ ਲੈ ਆਉਣਾ, ਭਾਵੇਂ ਉਹਦੇ 'ਚ 20-30 ਕਿਲੋ ਬਣਵਾ ਕੇ ਲੈ ਜਾਣਾ। ਉਹ ਦੇਸ਼ਕਾ, ਦੇਸ਼ਕੇ 'ਚ ਬੰਦਾ ਪਕਾਉਂਦਾ ਚੰਗਾ ਲੱਗਦਾ, ਜਿਹੜਾ ਮੈਂ ਕਹਿੰਦਾ ਵੱਡੀ ਕੜਾਈ 'ਚ ਬਣੇਗੀ ਨਾ ਭਾਜੀ, ਤੇ ਪਤਾ ਲੱਗੇ ਕਿ ਇਲਾਕੇ ਦੇ ਵਿੱਚ ਵੀ ਕੜਾਈ 'ਚ ਕੋਈ ਚੀਜ਼ ਬਣੀ ਆ। ਕੜਾਈ ਚੌਂ ਭੈਣਾਂ ਦੀ, ਭੈਣਾਂ ਦੀ ਇਹਨਾਂ ਮੋਢੇ ਤੇ ਚੁੱਕ ਕੇ ਖੜਨੀ, 4 ਕੁੰਡੇ ਬਣਾਉਣੇ ਕੜਾਈ ਨੇ, ਵਿਆਹੀ ਜਾਣਾ ਕਿਤੇ ਭਾਈ ਜਾਨ? ਭਾਜੀ ਗੱਲ ਤਾਂ ਸੁਣੋ, ਕਹਿੰਦੇ 4 ਕੁੰਡੇ। ਉਹ ਸਹੀ ਕਹਿ ਰਿਹਾ ਵੀ ਉਹ ਪਹਾੜ ਮਿੰਦੇ ਨੇ ਪੈਣ ਨੂੰ, ਡੋਲੀ ਨੂੰ ਕੰਧੇ ਦੇਣੇ ਪੈਣੇ, ਕੜਾਈ ਹੈ ਯਾਰ, ਕੜਾਈ ਇਹ ਹੀ ਹੁੰਦੀ ਹੈ ਭਾਜੀ, ਏਦਾਂ ਕਰਕੇ ਚੁੱਕ ਲਈ, ਇਹ ਕੜਾਈ ਹੁੰਦੀ ਹੈ। ਤੂੰ ਇਹਨੂੰ ਕਹਿੰਦਾ 4 ਕੁੰਡੇ ਲਾ ਦੇ, ਬੰਦੇ ਦੇ ਹੱਥ ਸੜ ਜਾਣੇ ਯਾਰ। ਦੇਖਣਾ ਹਲਕੀ ਚਾਦਰ ਦੀ ਆ, ਸਾਡਾ ਰੋਡ ਦਾ ਕਾਰੋਬਾਰ ਆ ਹੈਂਜੀ, ਇਹ ਹਲਕੀ ਚਾਦਰ ਦੀ ਆ, ਬੋਸ ਕੀ ਲੱਗੀ ਇਹਨੂੰ, ਇਹ ਤਾਂ ਹਲਕੀ ਚਾਦਰ ਦੀ ਆ ਪੁੱਤ। ਮੈਂ ਕਹਿੰਦਾ ਮੋਟੀ ਚਾਦਰ ਦੀ ਤਾਂ ਤੁਸੀਂ ਬਣਾ ਕੇ ਦਿਓ ਕੜਾਈ, ਖੇਸ ਦੀ ਬਣਾ ਦਈਏ ਤੈਨੂੰ, ਖੇਸ ਦੀ ਬਣਾ ਦਈ, ਵਿੱਕੀ ਰਜ਼ਾਈ ਲਾ ਕੇ ਕੜਾਈ ਬਣਾ ਦਈਏ ਮੋਟੀ। ਕੜਾਈ ਦਾ ਮਸਲਾ ਹੋਇਆ ਸਾਡੇ ਨਾਲ। ਅੱਛਾ ਕਿਰਪਾ ਜੀ, ਤੁਸੀਂ ਵੱਡਾ ਬਣਾਉਣਾ ਭਾਜੀ, ਬੰਦਾ ਨਾ ਖਲੋ ਕੇ ਬਣਾਵੇ ਇੰਜ ਕਰਕੇ। ਹਾਂਜੀ ਇੰਜ ਕਰਕੇ, ਇੰਜ ਕਰਕੇ ਹਾਂਜੀ। ਇਹ ਤੇ 50 ਕਿਲੋ ਹਲਵਾ ਬਣਾਓ ਤੇ ਨਾਲ ਨਾ 20 ਬੰਦੇ ਨਾਲ ਝੁੰਬਰ ਵੀ ਪਾਇਆ ਕਰੋ, ਝੀਂਕਾ ਚਾਕਾ ਝੀਂਕਾ ਚਾਕਾ। ਝੁੰਬਰ ਪਾਲੀ ਤੁਸੀਂ, ਆ ਬੰਦਾ ਮੈਨੂੰ ਦੇ ਦੇਣਾ, ਘਰ ਲੈ ਕੇ ਜਾਣਾ ਵਾ ਬੰਦੇ ਨੂੰ, ਕਿਤੇ ਉੱਥੇ ਫੰਕਸ਼ਨ ਆ ਕੋਈ, ਮੈਂ ਡਾਂਸ ਕਰਨਾ ਉੱਥੇ, ਇੱਥੇ ਕੰਮ ਤੋਂ ਵਿਹਲ ਨਹੀਂ ਮਿਲਦਾ, ਮੈਨੂੰ ਬੰਦਾ ਦੇ ਦੇਣਾ। ਕੰਮ ਇਹਦਾ ਬਹੁਤ ਆ, ਸੁਬਹ ਤੋਂ ਲੈ ਕੇ ਸ਼ਾਮ ਤੱਕ ਬਕਵਾਸ ਕਰਦਾ ਹੈ ਇਹਦਾ ਕੰਮ ਆ ਬਸ। ਭਾਜੀ ਕੜਾਈ ਬਣਾ ਲਓ, 4 ਘੰਟੇ ਹੋ ਗਏ ਤੁਹਾਡੇ ਕੋਲ, ਇਹ ਹੀ ਨਹੀਂ ਬਣਨ ਦੀ ਹੋ ਗਈ। ਅੱਬੇ ਚੜਦਾ ਮੂੰਹ ਵੈਂਜੀ, ਜਿਵੇਂ ਇੱਕ ਨੂੰ ਨਏ ਨਕਸ਼ੇ ਲੱਗੇ ਆ। ਅੱਛਾ ਤੁਸੀਂ, ਮੈਂ ਕਹਿੰਦਾ ਕੜਾਈ ਬਣਾਉਣੀ ਆ ਭਾਜੀ, ਤੇ ਮੈਂ ਕਹਿੰਦਾ ਕੜਾਈ ਜਰਾ ਕਿ ਮੈਨੂੰ ਤੁਸੀਂ ਵੱਡੀ ਸਾਰੀ ਬਣਾ ਦਿਓ। ਭਾਈ ਜਾਨ ਕੀ ਮਤਲਬ ਤੁਹਾਡੇ, ਕਿੰਨੇ ਕਿਲੋ ਦੀ ਚਾਹੀਦੀ ਹੈ ਮੈਨੂੰ ਦੱਸੋ। ਇਹ ਹੈ ਕੀ ਹੈ ਭਾਜੀ? ਇਹ ਭਾਈ ਜਾਨ ਸੀਕ ਆ, ਕਬਾਬ ਲਾਈ ਦੇ ਇਹਦੇ ਤੇ, ਕਬਾਬ ਲਾਈ ਦੇ ਇੰਜ ਕਰਕੇ। ਕਬਾਬ, ਕਬਾਬ ਲੱਗਦੇ ਆ? ਹਾਂਜੀ। ਇਹ ਦੇਖੋ ਜੀ, ਤਾਂ ਮੋਟੀ ਹੈ ਨਾ, ਹਾਂ ਹਾਂ, ਐਸੀ ਮੋਟੀ ਜਿਹੜਾ ਕੜਾਈ ਦੀ, ਕੜਾਈ ਮੈਨੂੰ ਤੁਸੀਂ ਬਣਾ ਦੇਣਾ ਚਾਦਰ ਦੀ ਮੋਟੇ ਲੋਹੇ ਦੀ। ਯਾਰ ਇਹਦੇ ਵਾਸਤੇ ਤੁਸੀਂ ਕਿਸੇ ਮਿਸਤਰੀ ਕੋਲ ਜਾਓ, ਕਿਸੇ ਡੈਂਟਰ ਪੈਂਟਰ ਕੋਲ ਜਾਓ ਭਾਈ ਮੇਰੇ, ਉਹ ਹਾਰਡਵੇਅਰ ਦੀ ਦੁਕਾਨ 'ਤੇ ਜਾਓ, ਇੱਥੇ ਕਿੱਥੇ ਆ ਗਏ ਹੋ ਤੁਸੀਂ? ਯਾਰ ਤੁਸੀਂ ਕਿੰਨੇ ਕਿਲੋ ਦੀ ਲੈਣੀ ਆ ਦੱਸ, ਅਸੀਂ ਤੈਨੂੰ ਬਣਾ ਦਿੰਦੇ ਹਾਂ। ਕੜਾਈ ਤਾਂ ਜਾ ਬਣਾ ਲਾਂਗੇ, ਕੜਾਈ ਤਾਂ ਮੈਂ ਬਣਾਉਣੀ ਆ ਕੋਈ 50 ਕਿਲੋ ਦੀ। 50 ਕਿਲੋ ਦਾ ਕੱਟਾ ਬਣਾਉਣਾ ਆ ਜਾਂ ਮੁਰਗਾ ਬਣਾਉਣਾ ਆ, ਕੀ ਬਣਾਉਣਾ? ਅਤੇ ਆਰਡਰ ਕਿੱਦਾਂ ਦੇਣਾ ਭਾਜੀ? ਆਰਡਰ ਜਦੋਂ ਪੈਸੇ ਆ ਜਾਣਗੇ ਦੇ ਦਾਂਗੇ। ਆਹੋ ਤੁਸੀਂ ਕੜਾਈ ਤੇ ਬਣਾਓ, ਯਾਨੀ ਤੇਰੇ ਕੋਲ 20 ਸਾਲਾਂ ਬਾਅਦ ਪੈਸੇ ਆਉਣ ਤੇ 20 ਸਾਲ ਬਾਅਦ ਅਸੀਂ ਵੇਚਦੇ ਫਿਰੀਏ ਹੈਂ, ਤੇ ਕਦੋਂ ਤੇਰਾ ਕੋਲ ਕੱਟਾ ਆਏ ਤੇ ਕਦੋਂ ਤੇਰੇ ਕੋਲ ਅਸੀਂ ਕੜਾਈ ਬਣਵਾਈਏ। ਕਸਟਮਰ ਮੈਂ ਤੁਹਾਡੇ ਕੋਲ ਰੋਜ਼ ਦਾ ਬੰਦਾ, ਨੱਕ ਤੋਂ ਵਾਲ ਖਿੱਚਣ ਵਾਲੇ ਮੋਚਨੇ ਅਰਗਾ ਮੂੰਹ ਹੀ ਫੇਰ, ਤੁਸੀਂ ਉਹ ਪਲਾਸ ਵੇਖਿਆ ਜਾ ਇੰਜ ਕਰੀਏ ਤੇ ਵਿੱਚ ਮੂੰਹ ਆਇਆ ਹੁੰਦਾ ਇੰਜ ਦਾ, ਕੀ ਕਰੇਗਾ ਫਿਰ? ਭਾਜੀ ਤੂੰ ਯਾਰ ਤੈਨੂੰ ਮਿਲਣਾ ਹੀ ਨਹੀਂ ਤੂੰ ਹੈਗਾ, ਉਹਦੇ ਨਾਲ ਰਲ ਕੇ ਆਪਣੀ ਜੰਗ ਤੇ ਰਹਿੰਦੀ, ਘੁਮਾ ਕੇ ਲਾਡੂ ਛੱਡਿਆ ਹੁੰਦਾ ਉਹਦਾ ਮੂੰਹ ਹੀ ਉਹਦਾ। ਭਾਜੀ ਕੀ ਕਹੀ ਜਾਂਦੇ, ਪਲਾਸ ਵੇਖਿਆ? ਹਾਂ ਉਹਦੇ ਲਗਾ ਮੂੰਹ ਨਹੀਂ ਇਹਦਾ, ਇਹਦਾ ਚੂਹਾ ਪਲਾਸ ਵੀ ਉਹਦੇ ਵਰਗਾ ਹੀ, ਤੁਸੀਂ ਪਲਾਸ ਚੂਹੇ ਪਲਾਸ ਵਰਗਾ ਕਹਿ, ਚੂਹੇ ਵਰਗਾ ਮੂੰਹ ਹੀ ਫੇਰ, ਨੁੱਕਰ 'ਚ 12 ਨੇ ਪਏ ਹੁੰਦੇ ਫੇਰ ਪਏ ਹੀ। ਭਾਜੀ ਕੀ ਕਹੀ ਜਾਂਦੇ, ਠੱਪੀ ਜੇਬ 'ਚ ਪਰੌਠਾ ਪਾਇਆ ਹੁੰਦਾ ਇਹ ਕਹਿੰਦਾ ਜਾਂਦੇ ਪਏ ਹੀ ਫੇਰ। ਤੁਹਾਡੇ ਪਿਓ ਦਾ ਨਾ
ਬੜਾ ਸਾਂਝੀ ਨਾਲੀ ਵਰਗਾ ਮੂੰਹ ਆ, ਸਾਂਝੀ ਨਾਲੀ ਆ, ਇਹਦਾ ਨੱਕ ਵੀ ਇੰਜ ਦੂ ਘਰਾਂ ਦੀ ਨਾਲੀ ਸਾਂਝੀ ਹੁੰਦੀ। ਕਦੀ ਛੋਟੀ ਬੱਕਰੀ ਮੇਮੀ ਦੌੜਦੀ ਵੇਖੀ? ਆਹੋ, ਸਾਡੇ ਮੁਹੱਲੇ ਚ ਬਹੁਤ ਦੌੜਦੀ ਆ। ਉਹਦੀ ਪੁੱਛਲ ਵਿੱਚ ਐ ਕਰਦੀ ਹੁੰਦੀ ਨਾ, ਉਂਝ ਦਾ ਮੂੰਹ ਹੀ ਫੇਰ ਚੰਗੀ ਭਲੀ ਅੱਗੇ ਨਫ਼ਰਤ ਤੂੰ ਹੋਰ ਫੈਲਾਉਣ ਆ ਗਿਆ ਵਿੱਚ। ਆਹ ਜਿਹੜੀ ਤੂੰ ਕੋਪੀ ਘੱਟ ਲੱਗਦੀ, ਇੰਝ ਲੱਗਦੀ ਜਿਵੇਂ ਆਟੇ ਵਾਲੀ ਗੱਡੀ ਦਬਾ ਹੋ ਜਾ। ਆਟੇ ਵਾਲੀ ਗੱਡੀ ਇੱਥੇ ਸਾਡਾ ਕੰਮ ਦਾ ਟਾਈਮ ਆ, ਆਟੇ ਵਾਲੀ ਗੱਡੀ ਜਾਂ ਆਟੇ ਵਾਲਾ ਤੋੜਾ ਹੁੰਦਾ ਫੇਰ। ਪਾਰ ਜੀ ਕਿਹੜਾ ਤੋੜਾ ਹੁੰਦਾ, ਤੁਸੀਂ ਵੀ ਨਾਲ ਇਹਨਾਂ ਦਾ ਰਲ ਰਹੇ। ਤੇਰਾ ਮਿੱਧੇ ਪੇੜੇ ਵਰਗਾ ਮੂੰਹ, ਮਿੱਧੇ ਵਰਗਾ ਆ, ਕੀਤੇ ਵਰਗਾ ਹੀ ਫੇਰ। ਕੀ ਲੈਣਾ ਕੀ ਆ ਭਾਈ? ਲੈ ਤੇ ਭਾਜੀ ਲਵਾਂਗੇ ਤੁਹਾਡੇ ਕੋਲੋਂ। ਵੈਸੇ ਤੁਸੀਂ ਅੱਲਾ ਵਾਸਤੇ ਕੀ ਦਿੰਦੇ ਹੋ? ਤੁਸੀਂ ਰੋਟੀ ਰੂਟੀ ਖਾਓ, ਖਾਣੀ ਹੈ ਤੇ ਖਾ ਕੇ ਚਲੇ ਜਾਂਦੇ। ਅਸੀਂ ਅੱਲਾ ਵਾਸਤੇ ਕੱਖ ਨਹੀਂ ਲੈਂਦੇ ਤੁਹਾਡੇ ਕੋਲ। ਜੇਬ 'ਚ ਪਾਉਣ ਲਈ ਕੁਛ ਦਿਓ ਜੀ? ਜੇਬ 'ਚ ਪਾਉਣ ਲਈ ਸੱਪ ਪਾ ਦਈਏ ਤੁਹਾਡੀ ਜੇਬ 'ਚ? ਸੱਪ ਦੇ ਤਿੰਨ ਠੂਹੇ ਪਾ ਦਈਏ ਤੇਰੀ? ਸੱਪ ਦੇ ਵੈਸੇ ਤੁਸੀਂ ਨਾਲ ਖੜਾ ਕੀਤਾ ਜੀ। ਰੋਂਦੀ ਆਈ ਫਿਰ ਉਹ ਜਾ ਸਾ, ਤੂੰ ਆਂਦੇ ਐਨਾ ਕੌਂਡਾਈ, ਜਾ ਜੋ ਕਰਨਾ ਹੀ ਕਰ ਲੈ, ਜਾ ਜਿੰਨੀ ਮਰਜ਼ੀ ਬੀਨ ਵਜਾਈ, ਇੰਜ ਵੀ ਨਹੀਂ ਕਰਦਾ ਮਰਿਆ ਸਾਪੀ ਫੇਰ। ਬੜੀ ਖਰਾਬ ਸੁੰਡੀ ਵਰਗਾ ਮੂੰਹ ਤੇਰਾ, ਸੁੰਡੀ ਵਰਗਾ ਦਮੂ ਹੀ ਵਰਗਾ ਮੂੰਹ ਹੀ ਪਾਟੇ ਕੀ ਕਰਨ ਨੇ ਤੁਸੀਂ ਉਹਦੇ ਨਾਲ ਰਲੀ ਜਾਂਦਾ ਪੀ ਬਲਾਪ ਪਤਾ ਮੈਨੂੰ ਮੂੰਹ ਮੱਥੇ ਲੱਗਦਾ ਤਾਂ ਉਹਦੇ ਨਾਲ ਰਲ ਗਏ। ਗੁੰਡੋਇਆ ਹੀ ਗੁੰਡੋਇਆ ਫੇਰ ਗੁੰਡੋਇਆ ਮਸਕੀਨ ਕੁੱਤਾ ਹੁੰਦਾ ਉਹ ਕਸਮ। ਗੋਜਰੇ ਦੀ ਬਰਫੀ ਹੁੰਦੀ ਓਏ, ਗੋਜਰੇ ਦੀ ਬਰਫੀ ਹੁੰਦੀ, ਨਿਕਲ ਜਾ ਇੱਥੋਂ। ਗੋਜਰੇ ਦੀ ਬਰਫੀ ਹੁੰਦੀ ਹੁਣ ਚੰਗਾ ਰੇ ਨਿੱਕੀ ਢੇਲੀ ਆ। ਅੱਛਾ ਭਾਜੀ, ਗੱਲਾਂ ਤੇ ਬਹੁਤ ਆਪਣੀ ਹੋ ਗਈਆਂ। ਲੈਣਾ ਕੀ? ਉਹ ਲੈਣਾ ਕੁਛ ਨਹੀਂ ਹੈਗਾ ਭਾਜੀ, ਸਾਹ ਲੈਣਾ ਹੈ ਉਸਤਾਦ ਇੱਥੇ ਨਾ, ਸਾਹ ਲੈਣਾ ਮੈਂ ਦੌੜ ਕੇ ਆਇਆ। ਦੌੜ ਕੇ ਆਇਆ ਲੈਣਾ 10 ਕੀ ਪਿਆਰ ਤੇਰੇ ਵਰਗੇ ਮੁੰਡੇ ਨੂੰ ਦੌੜਨ ਦਿੰਦੇ ਅਗਲੇ? ਚੰਡਾ ਮਾਰ ਕੇ ਬਿਠਾ ਲੈਂਦੇ। ਅੱਛਾ ਭਾਜੀ, ਉਹ ਕੜਾਈ ਤੁਸੀਂ ਇੱਕ ਬਣਾ ਦੇਣਾ ਮੈਨੂੰ, ਜਿਹੜਾ ਮੋਟੀ ਚਾਦਰ ਦੀ ਲੋਹੇ ਦੀ, ਮੈਂ ਨਾ ਚਾਹੀ ਕੜਾਈ ਬਣਵਾਉਣਾ ਆ। ਕਿਹੜੀ ਉਹ ਜਿਹੜੀ ਕੜਾਈ ਕੁੰਡੇ ਛੁੰਡੇ ਵੱਡੀ ਸਾਰੀ ਜੀ, ਦੋ ਜਿਹ 'ਚ ਦੁੱਧ ਵੀ ਪਾਈ ਦਾ ਤੇ ਇੰਜ ਲਈ ਦੁੱਧ ਵਾਲੇ ਕਰਦੇ ਆ, ਉਹ ਕੜਾਈ ਬਣਵਾਉਣੀ। ਇਹਨੇ ਦਿਮਾਗ ਖਾ ਲਿਆ ਸਾਡਾ ਤੇਰੇ। ਕਦੋਂ ਹੋਇਆ ਤੂੰ? ਕਿਹੜੇ ਹੜਤਾਲ ਵਾਲੇ ਦਿਨ ਹੋਇਆ ਤੈਨੂੰ ਪਤਾ ਨਹੀਂ ਲੱਗਣ ਦੇ? ਭਾਜੀ ਮੈਨੂੰ ਇੱਕ ਬੰਦੇ ਨੇ ਦੱਸਿਆ, ਕਹਿੰਦਾ ਜ਼ਾਤਿਕਾ ਸ਼ਾਪ ਦੇ ਕੋਲ ਉਸਤਾਦ ਆ, ਤੂੰ ਕੜਾਈ ਬੜੀ ਸੋਹਣੀ ਬਣਾਉਂਦਾ ਵਾ। ਓ ਯਾਰ, ਇਹ ਕੜਾਈ ਗੋਸ਼ਤ ਦੀ ਅਸੀਂ ਬਣਾਈ ਦੇ ਮੇਰੇ ਵੀਰ। ਓ ਸਮੁੰਦਰੀ ਰੋਡ ਤੇ ਬਣਦੀਆਂ ਉਹ ਕੜਾਈਆਂ ਜਿਹੜੀਆਂ ਤੂੰ ਇੱਥੇ ਲੈਣ ਆ ਗਏ ਵਾ, ਤੇ ਤੁਸੀਂ ਬਣਾ ਦਿਓ ਨਾ ਕੜਾਈ ਭਾਜੀ। ਕਿੱਥੇ ਬਣਾ ਦਈਏ ਇੱਥੇ ਅਸੀਂ? ਕਿਵੇਂ ਬਣਾ ਦਈਏ? ਕਦੋਂ ਸਾਡੇ ਹੱਥ 'ਚ ਆਹ ਤੈਨੂੰ ਵੈਲਡਿੰਗ ਪਲਾਂਟ ਲੱਗਦਾ ਆਉਂਦੇ? ਆਹ ਤੈਨੂੰ ਮੂਸ ਲੱਗਦਾ ਵੀ ਮੈਂ ਕੜਾਈ ਐ ਕਰਕੇ ਬਣਾ ਦਿਆਂਗਾ? ਹੈ ਕੀ ਲੱਗਦਾ ਹੈ ਤੈਨੂੰ? ਸਮਝ ਨਹੀਂ ਆਉਂਦੀ? ਨਹੀਂ ਯਾਰ, ਇਹ ਤੈਨੂੰ ਕਿੱਲ ਠੋਕਣ ਦੀ ਥੌੜੀ ਲੱਗਣ ਦੀ, ਇਹ ਮਾਰ ਕੇ ਬਣਾ ਲਾਂਗੇ। ਆਹ ਕੋਣਾ ਨਾਲੀ 'ਚ ਫੇਰਨ ਦੀ ਸੋਟੀ ਵਰਗਾ ਮੂੰਹ, ਤੈਨੂੰ ਸਮਝ ਨਹੀਂ ਆਉਂਦੀ? ਇੱਥੇ ਉਸਤਾਦ ਜੀ ਦੇ ਲੋਕ ਕਿਹੜੀ ਕੜਾਈ ਲੈਣ ਆਇਆ ਵਾ? ਜਾ ਮੇਰਾ ਵੀਰ, ਉੱਥੋਂ ਦੀ ਇਹ ਕੜਾਈਆਂ ਇੱਥੇ ਨਹੀਂ ਮਿਲਦੀਆਂ। ਬਣਾ ਦੋ ਨਾ ਤੁਹਾਡੀ ਮਿਹਰਬਾਨੀ, ਇੱਧਰ ਆ ਬਣਾਵਾ ਮੋਟੀ ਮੋਟੀ ਚਾਦਰ। ਚੱਲ ਇਹਦਾ ਮੈਂ ਲਾ ਦਿਆਂ। ਜਮੀਲ ਇੱਧਰ ਦੀ ਆ ਪਿੱਛੇ ਦੀ ਆ। ਕੀ ਜਮੀਲ ਨੂੰ ਕੀ ਕਰ ਰਹੇ ਨੂੰ? ਕਿਉਂ ਫੜ ਕੰਨਾਂ ਤੋਂ ਫੜ ਲੈ ਗਿਆ? ਚੱਲ ਇਹਨੂੰ ਕੜਾਈ ਵਾਲੇ ਕੋਲ ਛੱਡ ਕੇ ਚੱਲ। ਆ ਤੇਰਾ ਦਾਦਾ, ਚੱਲ ਉਹ ਬਣਾ ਦੋ ਕੜਾਈ ਮੇਰੀ। ਚੱਲ ਜਿਹੜੀ ਕੜਾਈ ਇਹਨੂੰ, ਜਿਹੜੀ ਕੜਾਈ ਤੇਰੀ, ਜਿਹੜੀ ਕਿਹੜੀ ਕੜਾਈ? ਸਾਡਾ ਦਿਮਾਗ 2 ਘੰਟੇ ਤੋਂ ਮੇਰਾ ਉਸਤਾਦ ਇੱਕੋ ਕੜਾਈ ਨੂੰ ਲੱਗਾ, ਉਹ ਬਣਾ ਨਹੀਂ ਦੇ। ਤੂੰ ਇੱਥੇ ਆ ਗਿਆ, ਚੱਲ ਨਾ ਜਾ ਇੱਥੋਂ। ਕਹਿੰਦਾ ਮੇਰਾ ਦਿਮਾਗ ਖਾ ਲਿਆ, ਮੈਂ ਹਰਾਮ ਚੀਜ਼ਾਂ ਨਹੀਂ ਖਾਂਦਾ। ਦਿਮਾਗ ਆ ਜਾ, ਹਰਾਮ ਚੀਜ਼ਾਂ ਨਹੀਂ ਖਾਂਦਾ, ਤੂੰ ਨਾ ਜਾ ਇੱਥੋਂ, ਸਾਡੇ ਗਾਹ ਖਰਾਬ ਹੋਣ ਦੇ। ਚੱਲ ਨਿਕਲ ਜਾ ਇੱਥੋਂ, ਨੱਸ ਜਾ ਇੱਥੋਂ, ਮੈਂ ਕੋਈ ਚੀਜ਼ ਲੈ ਕੇ ਚੱਲਾਂ? ਮੰਗਣ ਵਾਲੇ ਇਹੀ ਪੁੱਛਿਆ ਕੜਾਈ ਭਰਾਵੇ ਤੁਸੀਂ ਕਿ ਨਹੀਂ ਹੈਗੀ? ਉਹ ਸਮੁੰਦਰੀ ਰੋਡ ਤੋਂ ਬਣਦੀਆਂ ਉਹ ਕੜਾਈਆਂ, ਉਸਤਾਦ ਤੇ ਸਿਰਫ ਪਕਾਉਣ ਵਾਲੀ ਕੜਾਈ ਬਣਾਉਂਦਾ ਵਾ। ਉਹ ਮੈਂ ਬੜੀ ਦੂਰੋਂ ਨਾ ਸੁਣੀ, ਕਹਿੰਦੇ ਜ਼ਾਤਿਕਾ ਸ਼ਾਪ ਦੇ ਬੰਦਾ ਬਣਾਉਂਦਾ। ਇੱਥੇ ਨਹੀਂ ਮਰਦੀਆਂ ਕੜਾਈਆਂ, ਨਿਕਲ ਜਾ ਇੱਥੋਂ, ਸਾਡਾ ਦਿਮਾਗ ਖਾਈ ਜਾਂਦਾ ਵਾ। ਮੇਰੇ ਹੱਥੋਂ ਕੁਝ ਜਾਇਆ ਨਾ ਹੋਈ ਮੁੰਡਿਆ।
ਜ਼ਾਇਆ ਨਾ ਹੋ ਜੀ। ਮੇਰੀ ਤੂੰ ਟਿਪ ਮਰਵਾਤੀ ਕਿੰਨੀ ਬੜੀ, ਇੰਨੇ ਗਾਹਕਾਂ ਨੂੰ ਮੈਂ ਭੁਗਤਾ ਲੈਣਾ ਸੀ, ਕੜਾਹੀ ਦੇ ਦਿਓ, ਕੜਾਹੀ ਦੇ ਦਿਓ।